ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਭਾਈ ਅਵਤਾਰ ਸਿੰਘ ਹਜ਼ੂਰੀ ਕੀਰਤਨੀਏ ਗੁਰਦੁਆਰਾ ਗੁਰਸਾਗਰ ਮਸਤਵਾਣਾ ਸਾਹਿਬ। ਸਾਧ ਸੰਗਤ ਜੀ, ਅੱਜ ਤੁਹਾਨੂੰ ਐਸੇ ਇੱਕ ਯੋਧੇ ਦੇ ਦਰਸ਼ਨ ਕਰਵਾ ਰਹੇ ਹਾਂ ਜਿਸ ਯੋਧੇ ਦਾ ਨਾਮ ਅਤੇ ਕੁਰਬਾਨੀਆਂ ਇਤਿਹਾਸ ਅੱਜ ਸਾਡੀ ਸਿੱਖ ਕੌਮ ਬਿਲਕੁਲ ਭੁੱਲਦੀ ਜਾ ਰਹੀ ਹੈ। ਗੁਰੂ ਦੀ ਬਖਸ਼ਿਸ਼ ਨਾਲ ਇਸ ਯੋਧੇ ਦੇ ਅੰਦਰ ਸਿੱਖੀ ਦਾ ਐਸਾ ਜਜ਼ਬਾ ਸੀ। ਆਹ ਜਿਹੜੀ ਫੋਟੋ ਆਪਾਂ ਦੇਖ ਰਹੇ ਹਾਂ ਜੀ ਬੱਚੇ ਦੀ, ਇਸ ਯੋਧੇ ਦਾ ਨਾਂ ਮਹਾਰਾਜਾ ਰਪੁਦਮਨ ਸਿੰਘ ਹੈ, ਨਾਭਾ। ਇਹਦਾ ਜਨਮ 4 ਮਾਰਚ 1883 ਨੂੰ ਮਹਾਰਾਜਾ ਹੀਰਾ ਸਿੰਘ ਦੇ ਗ੍ਰਹਿ ਵਿਖੇ ਹੋਇਆ। ਔਰ ਗੁਰਮੁਖ ਪਿਆਰਿਓ, ਛੋਟੀ ਉਮਰ ਵਿੱਚ ਹੀ ਐਸੀ ਇਹ ਤਾਂ ਗੁਰੂ ਦੀ ਬਖਸ਼ਿਸ਼ ਸੀ ਵੀ ਛੋਟੀ ਉਮਰ 'ਚ ਇਹ ਸਿੱਖੀ ਨੂੰ ਬੜਾ ਪਿਆਰ ਕਰਦਾ ਸੀ। ਆਹ ਦੇਖੋ, ਆਪਦੇ ਪਾਸ ਇਹ ਛੋਟੀ ਜਿਹੀ ਕਿਰਪਾਨ ਵੀ ਰੱਖਦਾ ਸੀ। ਇੱਥੇ ਇਹਦੀ ਉਮਰ ਦੇਖੋ 5-6 ਸਾਲ ਦੀ ਉਮਰ ਹੈ। ਇਸ ਤਰ੍ਹਾਂ ਰਹਿੰਦਾ ਸੀ ਚੋਲਾ ਪਾ ਕੇ, ਔਰ ਕਿਰਪਾਨ ਕੋਲੇ ਰੱਖਣੀ ਇਹਨੇ। ਅਤੇ ਆਹ ਅਗਲੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਿਹੜੀ ਇਹਦੀ ਆਪਣੇ ਪਿਤਾ ਦੇ ਨਾਲ ਹੈ, ਮਹਾਰਾਜਾ ਹੀਰਾ ਸਿੰਘ ਦੇ ਨਾਲ। ਆਹ ਦੇਖੋ, ਇੱਥੇ ਵੀ ਇਹ ਕਿਰਪਾਨ ਪਹਿਨੀ ਹੋਈ ਹੈ, ਪੂਰਾ ਸਿੱਖੀ ਦੇ ਰੰਗਣ ਦੇ ਵਿੱਚ ਇਹ ਬੱਚਾ। ਇਹਦਾ ਨਾਂ ਹੈ ਜੀ ਮਹਾਰਾਜਾ ਰਪੁਦਮਨ ਸਿੰਘ, ਨਾਭਾ। ਔਰ ਇਸ ਯੋਧੇ ਦੀਆਂ ਕੁਰਬਾਨੀਆਂ ਐਡੀਆਂ ਨੇ ਜੀ ਕਿ ਇਸ ਨੂੰ ਜਦੋਂ ਅੰਮ੍ਰਿਤ ਛਕਾਇਆ ਗਿਆ, ਬਹੁਤ ਵੱਡਾ ਸਮਾਗਮ ਰਿਆਸਤ ਨਾਭਾ ਦੇ ਵਿੱਚ ਕੀਤਾ ਗਿਆ। ਸੰਤ ਬਾਬਾ ਆਤਰ ਸਿੰਘ ਮਸਤਵਾਣੇ ਵਾਲੇ, ਉਹਨਾਂ ਦਾ ਜਥਾ ਮਸਤਵਾਣਾ ਸਾਹਿਬ ਤੋਂ ਨਾਭਾ ਰਿਆਸਤ ਦੇ ਵਿੱਚ, ਔਰ ਇਸ ਬੱਚੇ ਨੂੰ ਅੰਮ੍ਰਿਤ ਛਕਾਉਣ ਦੀ ਮਰਿਆਦਾ ਕਰਨ ਦੇ ਲਈ ਸਾਰਾ ਜਥਾ ਪਹੁੰਚਿਆ। ਅਖੰਡ ਪਾਠ ਸਾਹਿਬ ਹੋਇਆ, ਔਰ ਅਖੰਡ ਪਾਠ ਸਾਹਿਬ ਦਾ ਭੋਗ ਤੋਂ ਉਪਰੰਤ ਇਸ ਨੂੰ ਜਿਹੜਾ ਅੰਮ੍ਰਿਤ ਸੰਚਾਰ ਸੀ ਰਿਆਸਤ ਨਾਭਾ ਦੇ ਇਸ ਰਾਜਕੁਮਾਰ ਮਹਾਰਾਜਾ ਰਪੁਦਮਨ ਸਿੰਘ, ਇਸ ਨੂੰ ਕਰਵਾਇਆ ਗਿਆ। ਔਰ ਸਿੱਖੀ ਦੇ ਰੰਗਣ ਦੇ ਵਿੱਚ ਐਸੇ ਜਜ਼ਬਾਤ ਸਨ ਕਿਉਂਕਿ ਰਿਆਸਤ ਨਾਭਾ ਦੇ ਵਿੱਚ ਸੰਤ ਆਤਰ ਸਿੰਘ ਮਸਤਵਾਣੇ ਵਾਲੇ, ਉਹਨਾਂ ਦੀ ਬੜੀ ਆਉਣੀ ਜਾਣੀ ਸੀ, ਔਰ ਉਹਨਾਂ ਦੇ ਇੱਥੇ ਸਮਾਗਮ ਹੁੰਦੇ ਰਹਿੰਦੇ, ਦੀਵਾਨ ਸਜਦੇ। ਔਰ ਇਹਦੇ ਵਿੱਚ ਸਿੱਖੀ ਦਾ ਜਜ਼ਬਾ ਉਹਨਾਂ ਦੇ ਪ੍ਰਚਾਰ ਸਦਕਾ ਕੁੱਟ ਕੁੱਟ ਕੇ ਭਰਿਆ ਗਿਆ ਸੀ। ਮਹਾਰਾਜਾ ਰਪੁਦਮਨ ਸਿੰਘ ਇਹ ਐਸਾ ਹਿੰਦੁਸਤਾਨ ਦੀਆਂ ਸਾਰੀਆਂ ਰਿਆਸਤਾਂ ਦੇ ਵਿੱਚੋਂ ਇੱਕੋ ਇੱਕ ਰਿਆਸਤ ਨਾਭਾ ਹੈ ਜਿਸ ਨਾਭਾ ਰਿਆਸਤ ਨੇ ਅੰਗਰੇਜ਼ਾਂ ਦੀ ਈਨ ਨਹੀਂ ਮੰਨੀ। ਇਹ ਐਸੇ ਯੋਧਾ ਸੀ ਜੀ, ਜਦੋਂ ਪਹਿਲੀ ਵਰਲਡ ਵਾਰ 1914 ਦੇ ਵਿੱਚ, ਤਾਂ ਇਹ ਇੱਕ ਐਸਾ ਇਕੱਲਾ ਸਾਰੀਆਂ ਰਿਆਸਤਾਂ ਦੇ ਵਿੱਚੋਂ ਇਕੱਲਾ ਹੀ ਯੋਧਾ ਸੀ ਜੀ। ਇਹਨੇ ਆਪਣੀ ਰਿਆਸਤ ਦੇ ਵਿੱਚੋਂ ਇੱਕ ਵੀ ਫੌਜੀ ਅੰਗਰੇਜ਼ਾਂ ਦੇ ਪੱਖ ਵਿੱਚ ਵਾਰਡ ਵਾਰ ਦੇ ਵਿੱਚ ਨਹੀਂ ਭੇਜਿਆ। ਬੇਸ਼ੱਕ 1 ਲੱਖ ਫੌਜੀ ਅੱਡ ਅੱਡ ਰਿਆਸਤਾਂ ਦੇ ਵਿੱਚੋਂ ਵਾਰਡ ਵਾਰ 'ਚ ਗਏ ਸੀਗੇ, ਪਰ ਰਿਆਸਤ ਨਾਭਾ ਦੇ ਵਿੱਚੋਂ ਇਹਨੇ ਇੱਕ ਵੀ ਫੌਜੀ ਅੰਗਰੇਜ਼ਾਂ ਦੇ ਨਾਲ ਵਾਰਡ ਵਾਰ ਦੇ ਵਿੱਚ ਨਹੀਂ ਭੇਜਿਆ ਸੀ, ਜਿੱਥੋਂ ਤੋਂ ਅੰਗਰੇਜ਼ ਇਹਦੇ ਨਾਲ ਖਾਰ ਖਾਣ ਲੱਗ ਗਏ ਸਨ। ਔਰ ਗੁਰਮੁਖ ਪਿਆਰਿਓ, ਔਰ ਜਦੋਂ ਇਹਦੀ ਤਾਜਪੋਸ਼ੀ ਹੋਈ, ਅੰਗਰੇਜ਼ ਵਾਇਸਰਾਏ ਸੀ ਜਿਹੜਾ, ਉਹ ਤਾਜਪੋਸ਼ੀ ਕਰਦਾ ਸੀ। ਜਿੰਨੀਆਂ ਰਿਆਸਤਾਂ ਸੀਆਂ, ਉਹ ਰਿਆਸਤਾਂ ਦੇ ਜਿਹੜੇ ਰਾਜਕੁਮਾਰ ਹੁੰਦੇ, ਜਦੋਂ ਉਹਨੂੰ ਉਸ ਮਹਾਰਾਜੇ ਦੀ ਤਾਜਪੋਸ਼ੀ ਹੁੰਦੀ, ਔਰ ਗਵਰਨਰ ਜਿਹੜਾ ਰਾਜਾ ਸੀਗਾ ਅੰਗਰੇਜ਼, ਉਹ ਕਰਦਾ ਸੀ। ਸਾਰੀਆਂ ਰਿਆਸਤਾਂ ਦੇ ਵਿੱਚੋਂ ਇੱਕੋ ਇੱਕ ਨਾਭਾ ਰਿਆਸਤ ਦਾ ਇਹ ਯੋਧਾ ਮਹਾਰਾਜਾ ਰਪੁਦਮਨ ਸਿੰਘ ਹੈ। ਆਹ ਦੇਖੋ, ਇਹਨੇ ਚੋਲਾ ਪਾਇਆ ਹੈ, ਵੱਡੀ ਕਿਰਪਾਨ ਪਹਿਨੀ ਹੋਈ ਹੈ, ਅਤੇ ਇਸ ਇਹ ਖੜ੍ਹਾ ਨਜ਼ਰ ਆ ਰਿਹਾ ਹੈ ਸਾਰੇ ਆਪਦੇ ਅਹਿਲਕਾਰਾਂ ਦੇ ਨਾਲ। ਇੱਕੋ ਇੱਕ ਹੈ ਜਿਹਨੇ ਮਨਾ ਕਰ ਦਿੱਤਾ ਸੀ ਕਿ ਮੈਂ ਅੰਗਰੇਜ਼ ਵਾਇਸਰਾਏ ਤੋਂ ਜਿਹੜੀ ਤਾਜਪੋਸ਼ੀ ਨਹੀਂ ਕਰਵਾਉਣੀ, ਮੈਂ ਜਿਹੜੀ ਤਾਜਪੋਸ਼ੀ ਕਰਵਾਉਣੀ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ 5 ਪਿਆਰਿਆਂ ਤੋਂ ਸਰੋਪਾ ਲੈ ਕੇ ਕਰਵਾਉਣੀ ਹੈ।
इस ताजपोशी ते फिर संत बाबा अतर सिंह जी आ देखो ये नाभा रियासत के दरबार की फोटो है। श्री गुरु ग्रंथ साहब जी प्रकाश हैं, अखंड पाठ साहब रखाया गया, संत अतर सिंह मस्तवाणे वाले आ एक पासे आपां दर्शन कर रहे हैं बैठे ने, और ये अखंड पाठ साहब तो भोग तो उपरंत अरदास तो उपरंत पंजां प्यारियां तो इन्हें जिहड़ी गद्दी नशीनी ताजपोशी सी पंजां प्यारियां तो सरोपा लैके इन्हें ताजपोशी सी जिहड़ी इहदी होई घट्टो घट्ट 450 रियासत हिंदुस्तान की सी। ये पहली रियासत का राजा ये महाराजा रघुनंदन सिंह जी जिन्हें अपनी ताजपोशी अंग्रेज वायसराय तो कराने तो मना कर दिती सी, और गुरु ग्रंथ साहब के खंड पाठ के भोग तो उपरंत पंजां प्यारियां तो सरोपा लेके अपने राज का जिहड़ा प्रबंध सी वह इन्हें शुरू करिया सी। 1906 इन्हू गवर्नर जनरल कौंसल का मैंबर भी बनाया। और देखो ये पहला राजा है जी जिन्हें सिखां दा आनंद कारज एक्ट जिहड़ा अज साडे हिंदुस्तान की सरकार ने अज तक नहीं आनंद कारज एक्ट सिखां दा करिया, सानू जिन्ने मैरिज सर्टिफिकेट मिलते हैं सिखां दे सब हिंदू मैरिज एक्ट तहत ही मिलते हैं। ये ऐसा पहला योद है जी, इन्हें 1906 गवर्निंग बॉडी तो आनंद कारज मैरिज एक्ट सिखां दा पास करवा लिया सी जी। इहदियां क्रांतिकारी और अंग्रेज़ हुकूमत दे विरोधी सरगर्मियां करके जिहड़ा इस नूं अंग्रेज़ां दे इह अखां च रड़कण लग गया सी भी, क्योंकि एक इस नाभा रियासत दे सब तो वड्डे विरोधी महाराजा पटियाला सन, पटियाला रियासत दे वारस, क्योंकि पटियाला रियासत दी संधि अंग्रेज़ां नाल सी, वह अंग्रेज़ों की छत्रछाया हेठ ज़्यादा रहिंदे सन, और नाभा रियासत के महाराजा रघुनंदन सिंह सन जिहड़े ये अंग्रेज़ों के पहले दिन तो ही विरुद्ध चल रहे सन, और मुखबरियां के कारण करके 1914 के विच महाराजा रघुनंदन सिंह नाभा नूं एक मामूली जा केस अंग्रेज़ों वल्लों दर्ज करके इस नूं गिरफ़्तार कर लिया, और गिरफ़्तार करके 9 जुलाई 1923 नूं इहनूं गद्दी तो ला दिता जी। गद्दी तो ला के इहनूं गिरफ़्तार करके पहला देहरादून की एक जेल दे विच भेजिया, फिर इस नूं मद्रास दे विच एक जेल है जिसका नाम कुड़ाई कनाल दी जेल कहिंदे ने, जिमें काले पानी कह दें, बहुत खतरनाक जेल मद्रास की जेल के 20 साल ये योधा सी जिहड़ा जला वतन रहा महाराजा रघुनंदन सिंह। और पहला ये महाराजा है जिहदे पक्ष दे विच पूरे खालसा पंथ ने सिख पंथ ने 1923 दे विच गुरद्वारा गंगसर जेतो विखे अकाली दल ने अते श्रोमणी कमेटी ने 1923 दे विच समुचे पंथ वल्लों अखंड पाठ साहब सी जिहड़ा गंगसर जेतो रखवाया गया, जिस अखंड पाठ साहब की अगवाई सी जिहड़ी वह संत बाबा अतर सिंह मस्तवाणे वाले कर रहे सन, और उही गंगसर जेतो जिहड़ा अखंड पाठ साहब रखवाया गया उही जिहड़ा खंड पाठ साहब का मोर्चा सी वह गंगसर जगतो के मोर्चे दे विच तब्दील हो गया सी, क्योंकि उस समय श्रोमणी कमेटी के प्रधान सरदार महताब सिंह अते होर उहदे नाल अकाली योधे 49 व्यक्तियों नूं अंग्रेज़ां ने गिरफ़्तार करके जेलों में सुट दिता सी। समुचे पंथ ने महाराजा रघुनंदन सिंह की रिहाई दे लई जिहड़ा मोर्चा सी लाया सी, जिहड़ा गंगसर जैतो का मोर्चा भी बाद दे विच बन गया। और गुरमुख प्यारिओ यह इको एक योधा है जिहदी इहदियां कुरबानियां बहुत ने, आपां इस वीडियो दे विच इन्नियां अंकित नहीं कर सकते महाराजा रघुनंदन सिंह दियां, क्योंकि वीडियो लम्मी हो जानी है। होर भी तुहानूं इहनां दी जानकारी है जिहड़ी अगलियां वीडियां दे विच देवांगे, क्योंकि इस रियासत की जिहड़ी अणबण पटियाला रियासत नाल चल रही सी, आ देखो ये पटियाला रियासत दे महाराजा ने
क्योंकि इन्हों अंग्रेजा की सरपरस्ती है, पूरे साई ठाठ वाठ रेंदे पटियाले वाले अंग्रेजा नाल इन्हों की संधि सी। और महाराजा नाभा सी जिहड़ी नाभा रियासत सी इन्होंने अंग्रेजा की ईन नहीं मनी। ये गुरु पंथ नाल जुड़ रहे, गुरु ग्रंथ और गुरु पंथ नाल जुड़े रहे और पंथ दियां मर्यादावां ते नाभा रियासत ने डट के पहरा दिता। पर यह योधा गिरफ्तारी तो 20 साल बाद यानी कि 1942 दे लास्ट 1943 दे विच इह जेल दे विच ही इस योधे का अंत हो गया। और अखीरले दम तक ये अंग्रेज़ां दे खिलाफ़ लड़दा रहा। अज जे हिंदुस्तान की पार्लीमेंट दे विच किसी इन्हां रियासतां दे राजयां दे विच्चों किसी की तस्वीर पार्लीमेंट विच होनी चाहिए ना, वो महाराजा रपुदमन सिंह नाभा की तस्वीर पार्लीमेंट दे विच होनी चाहिए है, जिहड़ी कि योग है इन्हां दियां कुरबानियां दे पैमाने नूं देखदे हुए। होर भी इस महाराजे बारे जिहड़ी जानकारी दुर्लभ जानकारी है तुहानूं अगली वीडियो दे विच दर्शन करवावांगे, इतिहास बारे जानकारी देवांगे कि किवें इस महाराजे ने संत बाबा आतर सिंह की प्रेरणा दे नाल पहली जिहड़ी बिजली सी वह हजूर साहब जिहड़ी पहली बिजली लगी वह भी इसे योधे दे उद्दम नाल लगी सी जी। अगलियां तुहानूं वीडियो दे विच जरूर यह जानकारी देवांगे। अगलियां होर दुर्लभ जानकारी दियां वीडियोज़ देखण लई ये दास दा जिहड़ा चैनल है इहनूं सबसक्राइब करो। भाई अवतार सिंह मस्तवाणा ते कोशिश करां दुर्लभ जानकारियां सिख इतिहास दे विच जां साडे समाज दे विच जिहड़ियां अज साडा समाज है साडे बच्चे बिल्कुल भुल गए हन, दुर्लभ जानकारियां अगलियां वीडियो दे विच तुहानूं देण दी कोशिश करांगा। वाहिगुरू जी का खालसा, वाहिगुरू जी की फतेह।